ਅੱਜ ਅਸੀਂ ਉਸ ਮਹਾਨ ਪਵਿੱਤਰ ਧਰਤੀ 'ਤੇ ਖੜ੍ਹੇ ਹਾਂ ਜਿਹੜੀ ਦੁਨੀਆ ਦੀ ਇੱਕ ਅਨੋਖੀ ਧਰਤੀ ਹੈ, ਜਿੱਥੇ ਛੋਟੇ ਛੋਟੇ ਮਾਸੂਮ ਸਾਹਿਬਜ਼ਾਦਿਆਂ ਨੇ, ਮਾਤਾ ਗੁਜਰ ਕੌਰ ਨੇ ਸ਼ਹਾਦਤ ਦਾ ਇਲਜ਼ਾਮ ਪੀਤਾ, ਜਿਹੜੀ ਸਭ ਤੋਂ ਮਹਿੰਗੀ ਧਰਤੀ ਵਿਕੀ ਹੈ, ਉਸ ਜਗ੍ਹਾ 'ਤੇ ਅਰਦਾਸ ਕਰਕੇ ਅਸੀਂ ਇਹ ਰੋਸ ਮਾਰਚ ਜੋ ਲੋਕਲ ਕੱਢਿਆ। ਸਭ ਤੋਂ ਪਹਿਲਾਂ ਮੈਂ ਸਾਰਿਆਂ ਪ੍ਰਬੰਧਕਾਂ ਦਾ, ਭੈਣਾਂ ਦਾ, ਵੀਰਾਂ ਦਾ ਬਹੁਤ ਧੰਨਵਾਦ ਕਰਦਾ, ਨੌਜਵਾਨ ਤਬਕੇ ਦਾ ਜਿਹੜੇ ਬਹੁਤ ਇਕੱਤਰ ਹੋਏ ਨੇ। ਇਹ ਲੋਕਲ ਮਾਰਚ ਹੈ, ਫਿਰ ਮਰਿੰਡੇ ਕੱਢਣਾ, ਫਿਰ ਖਮਾਣੋ ਕੱਢਣਾ, ਉਸ ਤੋਂ ਬਾਅਦ ਵੱਡਾ ਮਾਰਚ ਕੱਢਣਾ, ਤਾਂ ਕਿ ਜਿਹੜੇ 33-33 ਸਾਲ ਤੋਂ ਬੰਦ ਸਿੰਘ ਨੇ, ਗੁਰੂ ਗ੍ਰੰਥ ਸਾਹਿਬ ਦੀ ਬਹਾਦਰੀ ਦੀ ਕੋਈ ਕਾਨੂੰਨ ਨਹੀਂ ਬਣਿਆ, ਇਹ ਪਹਿਲੀ ਵਾਰੀ ਹੋਇਆ। ਸਾਰੀ ਦੁਨੀਆ 'ਤੇ 195 ਮੁਲਕ ਨੇ ਅਤੇ ਭਾਰਤ ਦੇ ਵਿੱਚ ਕਿੰਨੀਆਂ ਸਟੇਟਾਂ ਨੇ, ਬੇਅਦਬੀ ਹੋ ਰਹੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਉੱਥੇ ਬੇਅਦਬੀ ਹੋ ਰਹੀ ਹੈ ਜੇ ਇਸ ਧਰਤੀ ਦੇ ਸਿੱਖ ਪਸੂ। 319 ਵਾਰੀ ਤਕਰੀਬਨ ਬੇਅਦਬੀ ਹੋ ਚੁੱਕੀ ਆ ਅਤੇ ਕੋਈ ਨਿਆਂ ਨਹੀਂ ਮਿਲਿਆ। ਉਹਦੀ ਬੇਅਦਬੀਆਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣਾ ਅਸੀਂ ਮੰਗ ਕਰਦੇ ਹਾਂ। ਇਹ ਸੁਪਰੀਮ ਕੋਰਟ ਨੇ ਲਿਖਤੀ ਔਰਡਰ ਕੀਤਾ, 62 ਪੇਜਾਂ ਦਾ ਔਰਡਰ ਆ ਵੀ ਗੁਰੂ ਗ੍ਰੰਥ ਸਾਹਿਬ ਲਾਈਵ ਗੁਰੂ ਆ। ਉੱਥੇ ਬਿਲਕੁਲ ਐਕਸਪਲੇਨ ਕੀਤਾ ਕੁਰਾਨ ਸ਼ਰੀਫ, ਬਾਈਬਲ, ਗੀਤਾ ਕਿਉਂ ਨਹੀਂ ਉਹ ਲਾਈਵ, ਕਿਉਂਕਿ ਗੁਰੂ ਗ੍ਰੰਥ ਸਾਹਿਬ ਨੂੰ ਇਹ ਸਾਰਿਆਂ ਗੁਰੂਆਂ ਦੀ ਜੋਤ ਹੈ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖੁਦ ਹੁਕਮਨਾਮਾ ਜਾਰੀ ਕਰਕੇ, ਖੁਦ ਇਹਦਾ ਪ੍ਰਕਾਸ਼ ਕਰਕੇ ਸਿੱਖਾਂ ਨੂੰ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਗੁਰਸ਼ਬਦ ਗੁਰੂ ਆ ਗੁਰੂ ਗ੍ਰੰਥ। ਇਹਦੀ ਬੇਅਦਬੀ ਹੋ ਰਹੀ, ਇਹਦੀ ਲਾਈਵ, ਇਹ ਸੁਪਰੀਮ ਕੋਰਟ ਦਾ ਆਰਡਰ ਆ। ਸਾਡਾ ਮੰਨਣਾ ਕਿ ਜੇ ਗੁਰੂ ਗ੍ਰੰਥ ਸਾਹਿਬ ਦੀ, ਗੁਰੂ ਗ੍ਰੰਥ ਸਾਹਿਬ ਗੁਰਸ਼ਬਦ ਹੈ, ਚਾਰ ਸਵੇਰੇ ਜਿਹੜੀਆਂ ਕੰਧਾਂ ਨੇ ਉਹ ਹੈਗਾ ਗੁਰਦੁਆਰਾ ਸਾਹਿਬ, ਉਹਦੀ ਪ੍ਰੋਟੈਕਸ਼ਨ ਲਈ ਗੁਰੂ ਗ੍ਰੰਥ ਸਾਹਿਬ ਨੂੰ ਬੁਲਾਉਣ ਲਈ, ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਗ੍ਰੰਥੀ ਹੈ, ਵਜ਼ੀਰ ਆ, ਕਿਸੇ ਵੀ ਪਾਪੀ ਨੂੰ, ਦੁਸ਼ਟ ਨੂੰ ਉਹ ਵੱਢਦਾ ਮਾਰਦਾ ਜਿਹੜਾ ਉਹਦੀ ਬੇਅਦਬੀ ਕਰਦਾ, ਤਾਂ ਉੱਥੇ ਇੱਕ ਪਰਚਾ ਨਹੀਂ ਹੋ ਸਕਦਾ। ਇਹ ਸੁਪਰੀਮ ਕੋਰਟ ਦੇ ਵਿੱਚ ਅਸੀਂ ਇਹ ਪੇਸ਼ ਕਰ ਰਹੇ ਹਾਂਗੇ, ਠੀਕ ਹੈ ਜੀ। ਉਹਦੇ ਵਾਸਤੇ ਅਸੀਂ ਕਾਨੂੰਨ ਚਾਹੁੰਦੇ ਹਾਂ ਵੀ ਸਰਕਾਰ ਸਖ਼ਤ ਤੋਂ ਸਖ਼ਤ ਕਾਨੂੰਨ ਬਣਾਵੇ। ਹੁਣ 295 ਧਾਰਾ ਵਾ, ਜਦੋਂ ਬੰਦਾ ਉਹ ਜਿਹੜਾ ਬੰਦੇ ਨੇ ਇਹਨਾਂ ਗੰਦਾ ਪਾਪ ਕੀਤਾ ਹੁੰਦਾ, ਗੁਰੂ ਗ੍ਰੰਥ ਸਾਹਿਬ ਬੇਅਦਬੀ ਕੀਤੀ, ਉਹ ਜਿਹਨੇ ਕੇਸ ਕੀਤਾ ਹੁੰਦਾ ਉਹ ਜੇ ਸ਼ਹਿਰ ਫਿਰਦਾ ਹੁੰਦਾ ਉਹ ਘਰੇ ਵੀ ਜਾ ਪੜਦਾ। ਇਸ ਕਰਕੇ ਅਸੀਂ ਇਹ ਅੱਜ ਰੋਸ ਮਾਰਚ ਕੱਢਦੇ ਹਾਂ। ਇਹ ਤੋਂ ਸਭ ਤੋਂ ਵੱਡਾ ਰੋਸ ਮਾਰਚ ਜੋ ਅੱਜ ਤਰੀਕ ਮਿੱਥੀ ਜਾਊਗੀ ਉਹ ਕੱਢਿਆ ਜਾਵੇਗਾ ਬਾਹਰ ਦੇ ਵਿੱਚ ਅਗਲੇ ਮਹੀਨੇ ਦੇ ਸ਼ੁਰੂ 'ਚ। ਅਤੇ ਇਸ ਕਰਕੇ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਆ, ਜਿਹੜੇ ਆਏ ਨੇ ਬਹੁਤ ਹੀ ਚੰਗਾ ਕੰਮ ਕਰ ਰਹੇ ਹੋ। ਪਹਿਲੀ ਗੱਲ ਤਾਂ ਇਹ ਹੈ ਕਿ ਇਸ ਦੇਸ਼ ਦੇ ਅੰਦਰ ਇਹ ਦਾਅਵਾ ਕੀਤਾ ਜਾਂਦਾ ਕਿ ਭਾਰਤ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੈ ਤੇ ਲੋਕਤੰਤਰ ਦੇਸ਼ ਦੇ ਅੰਦਰ ਲੋਕ ਆਪਣੀਆਂ ਵੋਟਾਂ ਪਾ ਕੇ ਆਪਣੇ ਨੁਮਾਇੰਦੇ ਚੁਣਦੇ ਨੇ। ਭਾਈ ਅੰਮ੍ਰਿਤਪਾਲ ਸਿੰਘ ਨੂੰ 2 ਲੱਖ ਤੋਂ ਵੱਧ ਲੋਕਾਂ ਨੇ ਵੋਟਾਂ ਪਾ ਕੇ ਖਡੂਰ ਸਾਹਿਬ ਤੋਂ ਜਿਤਾਇਆ ਤੇ ਅੱਜ ਵੀ ਉਹ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਅੰਦਰ ਬੰਦ ਹੈ। ਇਹ ਲੋਕਤੰਤਰ ਦਾ ਅਪਮਾਨ ਹੈ ਤੇ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਵਾਰ ਵਾਰ ਇਹ ਦਾਅਵੇ ਕਰਦਾ ਕਿ ਅੰਤਰਰਾਸ਼ਟਰੀ ਪੱਧਰ ਤੇ ਡੈਮੋਕਰੇਟਿਕ ਸਿਸਟਮ ਜਿਹੜਾ ਹੈ ਇਹ ਸਭ ਤੋਂ ਵਧੀਆ ਹਿੰਦੁਸਤਾਨ ਦੇ ਵਿੱਚ, ਉਹਦਾ ਮਤਲਬ ਦੁਬਾਲਾ ਕੱਢ ਦਿੱਤਾ ਇੱਕ ਕਿਸਮ ਦਾ ਸਰਕਾਰ ਨੇ। ਦੂਸਰੇ ਨੰਬਰ 'ਤੇ ਕਿ 35 ਸਾਲਾਂ ਤੋਂ ਲਗਾਤਾਰ ਭਾਰਤ ਦੀਆਂ ਵੱਖ ਵੱਖ ਜ਼ਿਲ੍ਹਿਆਂ ਦੇ ਅੰਦਰ ਭਾਈ ਗੁਰਦੀਪ ਸਿੰਘ ਖੇੜਾ, ਭਾਈ ਦਵਿੰਦਰਪਾਲ ਸਿੰਘ ਭੁੱਲਰ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ ਸਮੇਤ ਬਹੁਤ ਸਾਰੇ ਬੰਦੀ ਸਿੰਘ ਬੜੇ ਲੰਮੇ ਸਮੇਂ ਤੋਂ ਕੁਝ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਕੈਦ ਕੀਤੇ ਹੋਏ ਨੇ। ਨਾ ਤਾਂ ਕੋਈ ਅਦਾਲਤ, ਨਾ ਕੋਈ ਸਰਕਾਰ ਉਹਨਾਂ ਨੂੰ ਰਿਹਾ ਕਰਨ ਦਾ ਯਤਨ ਕਰਦੀ ਹੈ।
ਉਹਨਾਂ ਨੂੰ ਤਾਂ ਕੀ ਰਿਹਾ ਕਰਨਾ ਕਿ ਕੱਲ ਭਾਈ ਅੰਮ੍ਰਿਤਪਾਲ ਸਿੰਘ ਦੇ ਚਾਚੇ ਦੇ ਘਰ ਵਿੱਚ ਔਰ ਉਹਨਾਂ ਦੇ ਬਹਿਨੋਈ ਦੇ ਘਰ ਵਿੱਚ ਛਾਪੇ ਮਾਰੇ NI ਨੇ। ਸਰਕਾਰ ਸਾਨੂੰ ਰੋਣਾ ਧਮਕਾਉਣਾ ਦਾ ਯਤਨ ਕਰਨਾ ਚਾਹੁੰਦੀ ਹੈ ਔਰ ਅਹਿਸਾਸ ਕਰਵਾ ਰਹੀ ਹੈ ਕਿ ਭਾਰਤ ਵਿੱਚ ਸਿੱਖ ਜਿਹੜੇ ਨੇ ਉਹ ਗੁਲਾਮ ਨੇ ਅਤੇ ਉਹਨਾਂ ਨੂੰ ਗੁਲਾਮਾਂ ਵਰਗਾ ਜੀਵਨ ਹੀ ਜਿਉਣਾ ਪਏਗਾ।